एहो
तन अखोट नान खोट न जाए। पूरा सतगुर दिया देखाए, अपने सतगुर को सद बल जाए। गौर कृपा ते हर मन वसाए, एहो तन अखोट नानखोट ना जाए। वाहिगुरु जी का खालसा, वाहिगुरु जी की फतेह। परम सन्मान योग सतगुरां दी साजी नवाजी गुरु रूप गुरु खालसा गुरु संगत जीओ, आपां सरबत माई भाई नगर निवासी सतगुरां दी पावन गुरबाणी दे जाप सतगुरां दे पावन गुरबाणी दे दर्शन दिदारे हर रोज़ दी तरह पावन अमृत वेला जानदिया होया करन दे लई एकत्रित हो रहे हाँ। गुरद्वारा साहिब पहुँच करके घरां दे विच बैठे बुजुर्ग मातावां पावन गुरबाणी का पाठ श्रवण करके लाहा प्राप्त करते हाँ। ये जिन्ना भी आपां गुरबाणी नूं पढ़न दा गुरबाणी नूं विचारण दा जो ये समारोह शुरू किया है, इस सारा कुछ करन दा कारण की है? मनुख सवेर वेले उठता है, उठ करके पाठ पूजा करता है, सेवा करता है, सिमरन करता है, क्योंकि कोई ना कोई कारण हर एक काम नू करन दा जरूर हुंदा है। जिवें विद्वाना ने एक बचन लिखे ने, बिना कारण मंदो पीना प्रवृत्ति, कि जेडे माड़े पुरश ने वह भी जो कोई माड़ा काम करते हैं उस पिछे भी कोई ना कोई कारण जरूर होंगे। जे कोई चोरी करता है तो उसका भी कारण होंगे कि उसनू पैसे की लोड़ होगी, उसने कोई नशा करना होगा, कोई होर साजो समान लेना होगा। कहन तो भाव यह है कि कोई भी काम जदों आपां संसार दे विच शुरू करते हाँ जां उसनूं निता प्रति आपां करते हाँ, उस दे मगर कारण जरूर हुंदा है। ते ओ कारण है की है? जिहड़ी आपां इह गुरबाणी सुनदे हाँ, गुरु घर आ के बैठते हाँ, सतगुरां दे पावन दर्शन दे दारे करते हाँ, पाठ सुनते हाँ, ये किस लई करते हाँ? इस दे मगर कारण की है? क्योंकि जेडे सुख ने वो तो सानू होर कोई भी दे सकता है। जे आपनू कोई जेड़ा खाना दाना वधिया नहीं मिल रहा तो आप पैसे ला के उसनू वधिया ले सकते हाँ। जे आपनू कपड़िया वधिया पाउण दा शौक है तो आप उसनू पूरा कर सकते हाँ। भाव जेड़े संसारी सुख ने यह आपनू होर तौर तरीकों के नाल भी मिल जाते हैं, पर जेड़ी आपां इह गुरबाणी पढ़ते हाँ, गुरबाणी सुनते हाँ, जां गुरु घर आ के बैठते हाँ, कथा विचारा सुनते हाँ, इस दा कारण की है? आपां किस दे लई इह सब कुछ करते हाँ? गुरु घर आपां तैयार करते हाँ,
ਗੁਰੂ ਘਰ ਦੇ ਅੰਦਰ ਨਗਰ ਦਾ ਬਹੁਤ ਪੈਸਾ ਲਾਉਂਦੇ ਹਾਂ। ਇਹ ਸਭ ਕੁਝ ਆਪਾਂ ਕਰਦੇ ਕਿਸ ਦੇ ਲਈ ਹਾਂ? ਕਿਉਂਕਿ ਮਕਾਨ ਤਾਂ ਪਹਿਲਾਂ ਵੀ ਪਿੰਡ ਦੇ ਅੰਦਰ ਬਹੁਤ ਬਣੇ ਹੁੰਦੇ ਆ, ਪਰ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ, ਇਹ ਸਾਰਾ ਜਿਹੜਾ ਆਪਣਾ ਬੰਦੋਬਸਤ ਹੈ, ਆਪਾਂ ਕਿਉਂ ਕਰਦੇ ਹਾਂ? ਵੈਸੇ ਤਾਂ ਇਸ ਦੇ ਬਹੁਤ ਕਾਰਨ ਨੇ, ਪਰ ਇਸ ਦਾ ਮੁੱਖ ਕਾਰਨ ਇਹ ਹੈ, ਉਹ ਹੈ ਗੁਰਬਾਣੀ ਤੋਂ ਸਾਨੂੰ ਪਹਿਲਾ ਜਿਹੜਾ ਸ਼ਬਦ ਹੈ ਉਹ ਹੈ ਇੱਕ, ਕਿ ਅਸੀਂ ਸਾਰਿਆਂ ਨੇ ਇੱਕ ਹੋਣਾ ਹੈ। ਅਤੇ ਇੱਕ ਹੋਵਾਂਗੇ ਕਿਵੇਂ? ਪਾਵਨ ਗੁਰਬਾਣੀ ਦੇ ਅੰਦਰ ਇਹ ਬਚਨ ਆਉਂਦੇ ਨੇ, ਜਿਸ ਨਰ ਕੀ ਦੁਬਧਾ ਨਾ ਜਾਏ, ਧਰਮ ਰਾਏ ਤਿਸ ਦੇਸ ਜਾਏ। ਕਿ ਜਿਸ ਮਨੁੱਖ ਦੇ ਮਨ ਦੇ ਅੰਦਰੋਂ ਜਿਹੜੀ ਦੁਬਧਾ ਹੈ, ਦੁਚਿੱਤਾਪਨ ਹੈ ਕਿ ਕੌਣ ਚੰਗਾ ਹੈ, ਕੌਣ ਮਾੜਾ ਹੈ, ਕੌਣ ਆਪਣਾ ਹੈ, ਕੌਣ ਪਰਾਇਆ ਹੈ, ਜਿੰਨਾ ਚਿਰ ਸਾਡੇ ਮਨ ਦੇ ਅੰਦਰ ਇਹ ਖੋਟ ਹੈ, ਸਾਡਾ ਮਨ ਇਸ ਚਤੁਰਾਈ ਦੇ ਵਿੱਚ ਲੱਗਾ ਹੋਇਆ। ਕਿਉਂਕਿ ਗੁਰਬਾਣੀ ਦਾ ਇਹ ਵਾਕ ਹੈ, ਚਤੁਰਾਈ ਨਾ ਚਤੁਰਭੁਜ ਪਾਈਏ, ਕਿ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਚਤੁਰਾਈਆਂ ਕਰਨ ਦੇ ਨਾਲ ਉਹ ਜਿਹੜਾ ਚਤੁਰਭੁਜ ਵਾਹਿਗੁਰੂ ਹੈ ਉਹ ਪ੍ਰਾਪਤ ਨਹੀਂ ਮਿਲਦਾ। ਭੋਲੇ ਭਾਏ ਮਿਲੇ ਰਘੁਰਈਆ, ਉਹ ਤਾਂ ਭੋਲਿਆਂ ਨੂੰ ਮਿਲਦਾ ਹੈ। ਰਾਮ ਜਪੋ ਜੀ ਐਸੇ ਐਸੇ, ਧਰੂਵ ਪ੍ਰਹਿਲਾਦ ਜਪਿਓ ਹਰ ਜੈਸੇ। ਦੇਖੋ ਹੋਰ ਕਿੰਨੇ ਬੇਅੰਤ ਭਗਤ ਮਹਾਂਪੁਰਖ ਸੰਸਾਰ ਦੇ ਅੰਦਰ ਹੋਏ ਨੇ, ਪਰ ਸਤਿਗੁਰਾਂ ਨੇ ਜੇ ਉਦਾਹਰਣ ਦਿੱਤੀ ਹੈ ਤਾਂ ਇਹ ਦੋ ਛੋਟੀ ਉਮਰ ਦੇ ਭਗਤਾਂ ਦੀ ਦਿੱਤੀ ਹੈ, ਕਿ ਰਾਮ ਜਪੋ ਜੀ ਐਸੇ ਐਸੇ, ਧਰੂਵ ਪ੍ਰਹਿਲਾਦ ਜਪਿਓ ਹਰ ਜੈਸੇ, ਕਿ ਇਹ ਭਗਤ ਤ੍ਰਿਲੂ ਜੀ ਔਰ ਭਗਤ ਪ੍ਰਹਿਲਾਦ ਜੀ ਨੇ ਜਿਵੇਂ ਨਾਮ ਜਪਿਆ ਹੈ ਉਹਦਾ ਨਾਮ ਜਪੋ। ਇਸ ਦਾ ਭਾਵ ਕੀ ਹੈ, ਇਸ ਦਾ ਮਤਲਬ ਕੀ ਹੈ? ਇੱਕ ਤਾਂ ਉਹਨਾਂ ਨੇ ਛੋਟੀ ਉਮਰ ਦੇ ਅੰਦਰ ਨਾਮ ਜਪਿਆ, ਅਤੇ ਜੇ ਆਪਾਂ ਹੁਣ ਵੱਡੇ ਹੋ ਗਏ ਹਾਂ ਤਾਂ ਆਪਾਂ ਉਸ ਪੰਕਤੀ ਤੋਂ ਕੀ ਸਿੱਖਿਆ ਲੈ ਸਕਦੇ ਹਾਂ, ਕਿ ਜਿਹੜੀ ਮਨ ਦੀ ਖੋਟ ਹੈ, ਮਨ ਦੀ ਜਿਹੜੀ ਚਤੁਰਾਈ ਹੈ, ਉਸ ਨੂੰ ਤਿਆਗ ਕਰਕੇ ਵਾਹਿਗੁਰੂ ਦਾ ਨਾਮ ਜਪਣਾ। ਕਿਉਂਕਿ ਆਪਾਂ ਮੰਗਲਾਂ ਦੇ ਅੰਦਰ ਇਹ ਪਾਵਨ ਬਚਨ ਪੜ੍ਹੇ ਹਨ ਕਿ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਕਿ ਜਦੋਂ ਅਸੀਂ ਪਰਮੇਸ਼ਰ ਵਾਹਿਗੁਰੂ ਨੂੰ ਸਭ ਦੇ ਅੰਦਰ ਜਾਣਾਂਗੇ ਅਤੇ ਉਦੋਂ ਜਿਹੜਾ ਦੂਸਰਾ ਪੁਣਾ ਹੈ ਸਾਡੇ ਤੋਂ, ਜਿਹੜਾ ਵੱਖਰਾ ਕੌਣ ਹੈ, ਆਪਣਾ ਕੌਣ ਹੈ, ਜਬ ਆਪਾ ਪਰ ਕਾ ਮਿਟ ਗਿਆ, ਆਪਣਾ ਕੌਣ ਹੈ ਅਤੇ ਪਰਾਇਆ ਕੌਣ ਹੈ, ਜਦੋਂ ਇਹ ਗੱਲ ਦੂਰ ਹੋ ਜਾਂਦੀ ਹੈ, ਜਦ ਦੇਖੋ ਤਤ ਤੂੰ, ਉਸ ਵੇਲੇ ਇਹ ਜਿਹੜੀ ਅਵਸਥਾ ਹੈ, ਇਸ ਪ੍ਰਕਾਰ ਦੀ ਜਿਹੜੀ ਖੇਡ ਹੈ ਉਹ ਬਣਦੀ ਹੈ, ਕਿ ਆਪਣੇ ਲਈ ਕੋਈ ਪਰਾਇਆ ਰਹਿ ਹੀ ਨਹੀਂ ਜਾਂਦਾ। ਜਿਵੇਂ ਇੱਕ ਪਰਿਵਾਰ ਦੇ ਸਿਆਣੇ ਜਿਹੜੇ ਮੈਂਬਰ ਹੁੰਦੇ ਆ, ਉਹ ਹਮੇਸ਼ਾ ਰਲ ਮਿਲ ਕੇ ਰੋਟੀ ਖਾਂਦੇ ਆ, ਰਲ ਮਿਲ ਕਰਕੇ ਵਿਚਾਰਾਂ ਕਰਦੇ ਆ, ਅਤੇ ਜੇ ਉਹਨਾਂ ਦੀਆਂ ਵਿਚਾਰਾਂ ਨਾ ਮਿਲਣ ਅਤੇ ਰੋਟੀ ਖਾਂਦਿਆਂ ਹੋਇਆਂ ਵੀ ਭਾਂਡੇ ਖੜਕਦੇ ਆ ਅਤੇ ਵਿਚਾਰ ਕਰਦਿਆਂ ਹੋਇਆਂ ਵੀ। ਇਸ ਲਈ ਇਹ ਜਿੰਨਾ ਵੀ ਆਪਾਂ ਬੰਦੋਬਸਤ ਗੁਰਬਾਣੀ ਨੂੰ ਪੜ੍ਹਨ ਦੇ ਲਈ, ਇਹ ਗੁਰਦੁਆਰਾ ਸਾਹਿਬ ਬਣਾਉਣ ਦੇ ਲਈ ਕਰਦੇ ਹਾਂ, ਇਹ ਇੱਕ ਹੋਣ ਦੇ ਲਈ ਕਰਦੇ ਹਾਂ, ਕਿ ਸਾਡੇ ਅੰਦਰ ਜਿਹੜਾ ਜਾਤੀ ਪਾਤੀ ਦਾ, ਉੱਚੇ ਨੀਵੇਂ ਦਾ ਜਿਹੜਾ ਹੰਕਾਰ ਹੈ ਉਹ ਖਤਮ ਹੋ ਜਾਵੇ। ਕਿਉਂਕਿ ਜੇ ਸਾਡੇ ਅੰਦਰ ਹੰਕਾਰ ਹੀ ਭਰਿਆ ਹੋਇਆ, ਸਾਡੀ
जिहड़ी अवस्था है साडी जिहड़ी भावना इत्थे टिकी हुई है कि असी किसी की गल सुनन दे लई तैयार नहीं ते असी गुरु दे कदे हो नहीं सकते क्योंकि गुरु दे होण दे लई गुरु की गल मननी पैंदी है। इस लई क्योंकि आपां पुराने समय तो इतिहास जदों पढ़ के वेखदे हां इस घर के अंदर उन्हां दा सत्कार है जिहड़े नीवें हो के निम्रता दे नाल झुक के आउंदे आ। जो सरण आवै तिस कंठ लावै इहो बिरद स्वामी संदा। जिहड़ा नीवा हो के निम्रता सहित इस शरण दे विच आउंदा है पार उतारा उन्हां दा हुंदा है। जिहड़ा हंकार करे अपनी पदवी दा अपनी माया दा अपने शरीरक बल दा अपने सुंदर चेहरे दा वह गुरु घर के अंदर कदे भी प्रवान नहीं हो सकता। तो ये जिहड़ा नाम रूपी जिहड़ा धन है ये भी सानू अपना ते पराया खत्म करके मिल सकता है। कई बार तुसी देखिया होगा कि नाम जपद्या उम्र बीत जांदियां ने पर फिर भी जिहड़ा अपना ते पराया है वह समझदा है कि आ मनुख अपना है आ मनुख पराया है। जदों अपना ते परायापन खत्म ना होया वो नाम जपया किसी लेखे विच नहीं लगता क्योंकि नाम जपना ही इसलिए है एक पिता एक सके हम बारिक। असी उस एक अकाल पुरख वाहिगुरु के बच्चे हाँ। मानस की जात सब एक है पहचान हो दसम बाणी के अंदर भी ये सतगुरां ने पावन बचन आखे ने कि ये जेड़ा मनुखा शरीर है मनुखा जेड़ी देही है मनुखा जेड़ी जात है ये सारी इको जी है। इस दे अंदर कोई अपना नहीं कोई पराया नहीं है। तो जदों ये चीज़ मिट जाती है उस वेले ये अवस्था बनती है जत देखो तत तू। फिर असी जिधर भी देखते हाँ सानू वाहिगुरु की जोत दिसदी है सारे मना दे अंदर वाहिगुरु वसिया होया दिसदा है। अज का जो पावन शब्द सतगुरु साहबान जी ने साडे गुरसिखां दे ताई बख्शिश किया है इस पावन शब्द के अंदर भी जिहड़ा नाम रूपी धन है इस दी बाबत सानू जिहड़ी विचार है वो दसना कीती है। एक वार दी गल है ये जिहड़ा पावन शब्द है ये कदों ते किवें उचारिया। श्री गुरु अमरदास महाराज जी श्री गोइंदवाल साहिब की पावन धरती के उपर सुशोभित सन गुरसिखां दे मन दे अंदर एक सवाल पैदा होया कि जेड़े श्री गुरु अंगद देव साहिब सन जां श्री गुरु नानक देव महाराज जी सन उन्हां ने कदे भी जेड़ियां रिद्धियां सिद्धियां ने ये जेड़ियां शक्तियां ने उन्हां नूं प्रगट करके नहीं दिखाया। ते जेड़े श्री गुरु अमरदास महाराज जी हन ओह ते संगतां नूं अन्न धन दे जेड़े खुले गफे हन ओह बख्श रहे हन लंगर चल रहे हन पहलवानियां हो रही ने। इसे प्रकार होर जेड़े कई प्रकार दे जेड़े समागम हन जां जेड़े दूर दुराडियां तो चल के आउण वाली संगत है उन्हां नूं खुले तौर ते सतगुरु जी गफे बख्श रहे ने। ये कुछ देखद्या होया गुरसिखां दे मन दे अंदर एक शंका सवाल पैदा होया ते श्री गुरु अमरदास महाराज जी नूं बेनती कीती कि सतगुरु जीओ पहलां जिहड़े सतगुरु श्री गुरु अंगद देव महाराज जी होए ने उन्हां ने तो किसी भी प्रकार की जिहड़ी रिद्धि सिद्धि शक्ति जिहड़ी है उस नूं प्रगट नहीं कीता।
ਤੁਸੀਂ ਵੀ ਜਾਣਦੇ ਹੋ ਕਿ ਖਹਿਰਿਆਂ ਨੇ ਇੱਕ ਵਾਰ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਆਖਿਆ ਸੀ ਕਿ ਮੀਂਹ ਪਵਾ ਦਿਓ, ਪਰ ਸਤਿਗੁਰੂ ਜੀ ਨੇ ਉਸ ਨਗਰ ਨੂੰ ਛੱਡ ਕੇ ਬਾਹਰ ਜੰਗਲ ਦੇ ਵਿੱਚ ਡੇਰਾ ਕਰ ਲਿਆ ਸੀ। ਜਾਂ ਇੱਕ ਜੋਗੀ ਨੇ ਆਖਿਆ ਸੀ ਕਿ ਤੁਸੀਂ ਰਿੱਧੀਆਂ ਸਿੱਧੀਆਂ ਦਿਖਾਵੋ, ਤੁਸੀਂ ਗੁਰੂ ਫਿਰ ਅਖਵਾਉਣ ਦੇ ਹੱਕਦਾਰ ਹੋ। ਉਸ ਵੇਲੇ ਵੀ ਸਤਿਗੁਰਾਂ ਨੇ ਕਿਸੇ ਵੀ ਪ੍ਰਕਾਰ ਦੀ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜਿਹੜੀ ਰਿੱਧੀ ਸਿੱਧੀ ਨਹੀਂ ਦਿਖਾਈ ਸੀ। ਪਰ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਓ, ਤੁਸੀਂ ਸੰਗਤਾਂ ਨੂੰ ਬਹੁਤ ਮਹਾਨ ਤੋਂ ਮਹਾਨ ਜਿਹੜੇ ਉਪਹਾਰ ਨੇ ਉਹ ਬਖਸ਼ ਰਹੇ ਹੋ, ਅੰਨ ਧਨ ਦੇ ਜਿਹੜੇ ਖੁੱਲ੍ਹੇ ਗੱਫੇ ਬਖਸ਼ ਰਹੇ ਹੋ, ਕਿਤੇ ਇਹ ਜਿਹੜਾ ਖਜ਼ਾਨਾ ਹੈ ਇਹ ਖਤਮ ਹੀ ਨਾ ਹੋ ਜਾਵੇ। ਸਤਿਗੁਰਾਂ ਨੇ ਇਹ ਜਿਹੜੇ ਸ਼ਬਦ ਸੁਣ ਕੇ, ਗੁਰਸਿੱਖਾਂ ਦਾ ਇਹ ਸਵਾਲ ਸੁਣ ਕੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਸੀ। ਸੋ ਉਸ ਪਾਵਨ ਸ਼ਬਦ ਦੀ ਜਿਹੜੀ ਪਾਵਨ ਵਿਚਾਰ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸ਼੍ਰਵਣ ਕਰਨਾ ਕਰੀਏ ਜੀ। ਵਾਹਿਗੁਰੂ ਸਾਹਿਬ ਜੀਓ, ਤਨਾਸਰੀ ਮਹੱਲਾ ਤੀਜਾ, ਘਰ ਦੂਜਾ ਚੌਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਸਾਹਿਬਾਨ ਜੀ ਪਾਵਨ ਸ਼ਬਦ ਦੀ ਪ੍ਰਾਰੰਭਤਾ ਕਰਦਿਆਂ ਹੋਇਆਂ ਬਚਨ ਲਿਖਦੇ ਨੇ, ਧਨਾਸਰੀ ਮਹੱਲਾ ਤੀਜਾ। ਧਨਾਸਰੀ ਰਾਗ ਦੇ ਅੰਦਰ ਇਹ ਸ਼ਬਦ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਚਾਰਿਆ ਹੋਇਆ। ਦੂਸਰੇ ਸੁਰ ਤਾਲ ਦੇ ਅੰਦਰ ਰਾਗੀ ਸਿੰਘਾਂ ਨੂੰ ਗਾਇਨ ਕਰਨ ਦਾ ਹੁਕਮ ਕਰਦੇ ਹਨ। ਚੌਪਦੇ, ਚਾਰ ਚਾਰ ਪਦਿਆਂ ਵਾਲੇ ਇਹ ਜਿਹੜੇ ਸ਼ਬਦ ਉਚਾਰ ਰਹੇ ਹਨ। ਇੱਕ ਓਅੰਕਾਰ, ਉਹ ਵਾਹਿਗੁਰੂ ਇੱਕ ਅਦੁੱਤੀ ਸਰੂਪ ਹੈ, ਉਸ ਦੇ ਵਰਗਾ ਸੁੰਦਰ, ਉਸ ਦੇ ਵਰਗਾ ਬਲਵਾਨ, ਉਸ ਦੇ ਵਰਗਾ ਵਿਸ਼ਾਲ ਕਾਇਆ ਵਾਲਾ ਹੋਰ ਕੋਈ ਵੀ ਨਹੀਂ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਮਿਹਣੇ ਕਿਰਪਾ ਦੇ ਨਾਲ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਜਾਂ ਵਿਦਵਾਨ ਮਹਾਂਪੁਰਖ ਇਸ ਦਾ ਇਹ ਵੀ ਅਰਥ ਕਰਦੇ ਨੇ, ਸਤ ਉਸ ਨੂੰ ਆਖਿਆ ਜਾਂਦਾ ਹੈ ਜਿਹੜੀ ਵਸਤੂ ਤ੍ਰੇਈ ਅਕਾਲ ਅਬਾਦ ਹੋਵੇ। ਜਿਹੜੀ ਵਸਤੂ, ਜਿਹੜੀ ਚੀਜ਼ ਤਿੰਨਾਂ ਕਾਲਾਂ ਦੇ ਵਿੱਚ ਨਾਸ਼ ਨਾ ਹੋਵੇ ਉਸ ਨੂੰ ਸਤ ਆਖਿਆ ਜਾਂਦਾ ਹੈ। ਅਤੇ ਗੁਰ ਦਾ ਅਰਥ ਹੈ ਗਿਆਨ ਸਰੂਪ, ਅਤੇ ਪ੍ਰਸਾਦ ਦਾ ਅਰਥ ਕਰਦੇ ਨੇ ਆਨੰਦ ਸਰੂਪ। ਉਹ ਵਾਹਿਗੁਰੂ ਹਮੇਸ਼ਾ ਹੀ ਆਨੰਦ ਸਰੂਪ ਹਨ, ਅਤੇ ਆਪਣੇ ਗੁਰਸਿੱਖ ਪਿਆਰਿਆਂ ਨੂੰ ਜਿਹੜਾ ਆਨੰਦ ਖੁਸ਼ੀ ਖੇੜਾ ਹੈ ਉਹ ਬਖਸ਼ਣ ਵਾਲੇ ਹਨ। ਇਹੋ ਧਨ ਅਖੁੱਟ ਨਾਨੇ ਖੁੱਟ ਨਾ ਜਾਏ। ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਪਾਵਨ ਬਚਨ ਉਚਾਰ ਰਹੇ ਹਨ ਕਿ ਇਹ ਭਾਈ ਗੁਰਸਿੱਖੋ, ਜਿਹੜਾ ਤੁਹਾਡਾ ਸਵਾਲ ਹੈ ਕਿ ਇਹ ਜਿਹੜਾ ਨਾਮ ਦਾ, ਮਾਇਆ ਦਾ ਜਿਹੜਾ ਖਜ਼ਾਨਾ ਹੈ ਇਹ ਕਿਤੇ ਖਤਮ ਨਾ ਹੋ ਜਾਵੇ, ਅਤੇ ਉਸ ਦਾ ਜਵਾਬ ਸੁਣਨਾ ਕਰੋ ਕਿ ਇਹੋ ਧਨ ਅਖੁੱਟ, ਇਹ ਜਿਹੜਾ ਸਾਨੂੰ ਸਾਡੇ ਸਤਿਗੁਰ ਸਾਹਿਬਾਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਖਸ਼ਿਆ ਹੈ, ਇਹ ਜਿਹੜਾ ਮਾਇਆ ਦਾ ਜਿਹੜਾ ਖਜ਼ਾਨਾ ਹੈ ਇਹ ਅਖੁੱਟ ਹੈ, ਇਸ ਨੂੰ ਖਰਚਣ ਦੇ ਨਾਲ, ਸੰਗਤਾਂ ਨੂੰ ਦੇਣ ਦੇ ਨਾਲ ਘਟਦਾ ਨਹੀਂ, ਇਹ ਤਾਂ ਇਸ ਪ੍ਰਕਾਰ ਦਾ ਖਜ਼ਾਨਾ ਹੈ, ਟੋਟ ਨਾ ਆਵੇ, ਵੱਧ ਤੋਂ ਜਾਈ ਵਾਲਾ ਹੈ। ਅਤੇ ਇਸ ਖਜ਼ਾਨੇ ਦੀ ਕੀ ਮਹਾਨਤਾ ਹੈ, ਨਾ ਨਿਖੁੱਟੇ, ਨਾ ਤਾਂ ਇਹ ਮੁੱਕਦਾ ਹੈ ਨਾ ਜਾਏ, ਅਤੇ ਨਾ ਹੀ ਇਹ ਕਿਸੇ ਹੋਰ ਜਗ੍ਹਾ ਜਾਂਦਾ, ਭਾਵ ਜਿਵੇਂ ਪੁਰਾਣੇ ਸਮੇਂ ਦੇ ਅੰਦਰ ਲੋਕ ਜ਼ਮੀਨਾਂ ਦੇ ਅੰਦਰ ਪੈਸੇ ਨੱਪ ਦਿੰਦੇ ਸਨ, ਮੋਹਰਾਂ ਨੱਪ ਦਿੰਦੇ ਸਨ, ਅਤੇ ਉਹ ਇੱਕ ਤੋਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਉਹ ਜਿਹੜਾ ਦੱਬਿਆ ਹੋਇਆ ਘੜਾ ਹੈ ਉਹ ਚਲਾ ਜਾਂਦਾ ਸੀ।
पर सतगुरु जी आख रहे ने कि ये नाम का खजाना सतगुरां ने जो सानू बख्शिया है ये नाम मुकदा है ते ना ही किसी होर जगह ते जांदा है। पूरे सतगुर दिया देखाए ये साडे पूरे सतगुरु श्री गुरु अंगद देव महाराज जी ने साडे ताई इस खजाने नू प्रगट करके प्रतख करके सानू दिखा देना कीता है। अपने सतगुर को साध बल जाई सतगुरु जी आखदे ने कि भाई गुरसिखो तुसी किसी भी प्रकार की फिक्र ना करो मन दे अंदर जेड़ी चिंता ना करो क्योंकि सतगुर साहिबान जी की पावन गुरबाणी दे वाक हन नानक चिंता मत करो चिंता तिस ही है कि किसी भी प्रकार की जिहड़ी चिंता है फिक्र है कि कल नूं की होवेगा जिहड़ा सानू अज पाल सकता है वो कल नूं ही सानू दाणा पानी दे देवेगा। इसलिए सतगुरु जी आखदे ने कि भाई गुरसिखो अपने सतगुर को सद बल जाई कि अपने सतगुरां तों हमेशा ही वारने बलिहारने जाओ वारने बलिहारने जाण दे लई जिथे आपां नमस्कार करदे हाँ उत्थे ही असीं सतगुरां दे जिहड़े बचन हन उहनां नूं मन करके कमा करके वारने बलिहारने जाइए। गौर कृपा ते हर मन वसाई सतगुरां ने साडे उपर ये महान कृपा कीती है कि ये जेड़ा नाम दा जेड़ा खजाना है गुर कृपा ते हर मन वसाई गुरां ने साडे उपर कृपा कीती ये जेड़ा नाम दा खजाना साडे मन दे अंदर वस गया जां सतगुरु जी आखदे ने कि भाई गुरसिखो तुसी ये बेनती करो कि हे वाहिगुरु जियो हे सतगुर साहिबान जियो आप जी साडे उपर कृपा करके हर मन वसाई हरी दा जेड़ा नाम है साडे मन दे अंदर वसाउणा करो। आपां भगत साहिबाना दे पावन बचन सुने हन कि कंचन सिओ पाईऐ नहीं तोल मन दे राम लिया है मोल ये जेड़ा नाम दा खजाना है ये मिलदा किवें है इस दा तरीका की है। भगत जी आखदे ने कि कंचन सिओ पाईऐ नहीं तोल आपां जिहड़ियां संसारी चीज़ां ने उन्हां नूं आपां सोने दे नाल पैसे दे नाल खरीद सकते हैं कोई भी आपां जिहड़ी संसार दी सुख सहूलत लैनी होवे ते उह आपां पैसे दे नाल खरीद सकते हैं कपड़ा खरीद सकते हैं खाना पीना खरीद सकते हैं पर जिहड़ा नाम दा खजाना है ये किवें मिलदा है मन दे राम लिया है मोल अपना जिहड़ा मन है इस नूं गिरवी रखना पैंदा इस नूं वेचना पैंदा है ये नाम दा जिहड़ा मुल तारना पैंदा है अपना मन नूं दे के मन नूं परमेशर दे अधीन करना पैंदा है फिर जिहड़ा नाम दा खजाना है वह प्राप्त हुंदा है। ते इस प्रकार सतगुर साहिबान जी नूं बेनती करिए कि सतगुरु जीओ साडे उपर एक किरपा बख्शिश करके ये जिहड़ा नाम दा खजाना है साडे मन दे अंदर वसा देना करो। से धनवंत हर नाम लिव लाए सतगुरु जी आखदे ने कि वह जेड़े गुरसिख ने वह बड़े धनता दे योग ने बड़े सत्कार योग ने हर नाम लिव लाए जिन्हां ने हरी दे नाम दे नाल अपनी जेड़ी लिव है बिरती है ध्यान है उस नूं लाउणा कीता है। गौर पूरा हर धन परगासिया सतगुरु जी आखदे ने कि पूरे सतगुरां ने क्योंकि मन वस आवै नानका जे पूरन कृपा होए
कई अधूरे गुरु भी होंगे आ, जेड़ा अधूरा गुरु है वो कई बार सानू डोब भी दिंदा, क्योंकि जेड़ा आप नहीं तरिया वो सानू कितों तार देवेगा। इसलिए पावन गुरबाणी के अंदर जदों भी कई बार गुरु शब्द आउंदा ते नाल पूरा शब्द जरूर आउंदा। सतगुरु जी आखते ने गुर पूरा, पूरिया गुरां ने हर धन परगासिया। ये जेड़ा हरी का धन है, हरी वाहिगुरु का जेड़ा नाम रूपी धन है, इस नूं साडे मन के अंदर प्रगट करना कीता है। हर कृपा ते वसै मन आए, हरी अकाल पुरख वाहिगुरु जी की कृपा दे नाल ये जेड़ा नाम धन है साडे मन दे विच आ के वस जांदा है। रहाओ, नाम जपण दे नाल प्राप्ति की हुंदी है। रहाओ, साडा जेड़ा भटकदा होया मन है ये टिका दे विच आ जाना करदा है। अवगुण काट गुण रिदा समाए, इस तो अगे सतगुरु साहिबान जी सानू ये समझाउंदे आ कि नाम जपण दे लाभ की हन, क्योंकि हर काम करन दे फायदे ते नुकसान जरूर हुंदे आ। ते अगे नाम जपण दे जेड़े लाभ ने जेड़े फायदे ने वो सतगुरु जी सानू समझाउंदे ने। पहला की लाभ है, अवगुण काट, जेड़े अवगुण हन, माड़े कर्म हन, माड़ी विचार है, माड़े मन दे जेड़े फुरने ने उन्हां नू कट करके, उन्हां नू खत्म करके गुण हृदय समाए। जेड़े गुण ने जेड़े दैवी गुण जिन्हां नू आखिया जांदा है, धर्म धारण करना, संतोख रखना, मन दा जेड़ा मन दे जेड़े विकार ने उन्हां नू नाश करना, इस प्रकार दे जेड़े गुण हन वह हिरदे दे अंदर समा जाना करते हैं। पूरे गुर कै सहज सुपाए, ये जेड़ी कृपा है ये हुंदी किवें है? पूरियां गुरां दी जदों सहज सुभाए जेड़ी कृपा हुंदी है, जां फिर सहज दा अर्थ हुंदा है ज्ञान, ज्ञान दे राही सुभाए दा अर्थ सुते सिद्ध जदों वाहिगुरु जी कृपा करदे हन, जां फिर इस दा अर्थ ये भी है कि पूरे गुर कै सहज सो भाए, जदों जिहड़ा श्रेष्ठ प्रेम सानू सतगुरां दा प्राप्त हो जांदा है, असीं सतगुरां दे जदों नेमी प्रेमी बन जाने हाँ, उदों ये जिहड़ा नाम दा खजाना साडे मन दे अंदर वसदा है, ते जेड़ा ये अवगुण हन इन्हां दा नाश हो जाना करता है। पूरे गुर की साची बाणी, सतगुरु जी बचन उचारदे हन कि सतगुरां दी जेड़ी बाणी है ये जुगो जुग अटल है, ये सच्ची बाणी है। देखो संसार दे अंदर होर किन्ने धर्म ग्रंथ ने, पर किसी भी धर्म ग्रंथ नूं ना तां कदे गुरु की पदवी मिली है, ते ना ही जिवें आपां आदि श्री गुरु ग्रंथ साहिब नूं पूजदे हां, ते ना ही उदां कदे पूजिया जांदा है। पूजण तों याद आया कि कल शाम नूं जिवें नगर कीर्तन आया सी, देखो नगर कीर्तन कढ़न दे भी बहुत ढंग तरीके हुंदे आ। तुसीं सारिआं ने देखिआ होवेगा कि ना कोई रागी ढाडी ना कोई शब्द कीर्तन, हर बन्ने रौला पै रिहा सी, ना कोई वाहिगुरू जाप। नगर कीर्तन कहदा सी उत्थे जिहड़ा दरबार साहिब पालकी साहिब सी उस दे अंदर ना कोई चौर साहिब करन वाला, बीबियां नूं उत्थे बिठाया होया वह भी पैरां नूं हथ लाई जाण ते उही चौर साहिब नूं हथ लाई जाण। सो कहण तों भाव यह है कि गुरु दा जिहड़ा सत्कार है ये कायम रखना चाहीदा, जे नहीं कढ़ना आउंदा ते किसे तों पुछ लवो। इसलिए जिहड़ा नगर कीर्तन है
ਇਹ ਉਹਨਾਂ ਸਮਿਆਂ ਦੇ ਵਿੱਚ ਕੱਢਿਆ ਜਾਂਦਾ ਸੀ ਜਦੋਂ ਮਹਾਰਾਜ ਦੇ ਜਿਹੜੇ ਸਰੂਪ ਬਹੁਤ ਘੱਟ ਹੁੰਦੇ ਸਨ ਅਤੇ ਉਸ ਸਰੂਪ ਨੂੰ ਪਾਲਕੀ ਸਾਹਿਬ ਦੇ ਅੰਦਰ ਸੁਸ਼ੋਭਿਤ ਕਰਕੇ ਨਗਰਾਂ ਦੇ ਵਿੱਚ ਲਿਜਾਇਆ ਜਾਂਦਾ ਸੀ ਕਿ ਜਿਹੜੇ ਦੂਰ ਦੁਰਾਡੇ ਬੈਠੇ ਹੋਏ ਜਿਹੜੇ ਮਾਤਾਵਾਂ ਬਜ਼ੁਰਗ ਨੇ ਜਿਹੜੇ ਏਡੀ ਦੂਰ ਚੱਲ ਕੇ ਨਹੀਂ ਆ ਸਕਦੇ ਉਹ ਦਰਸ਼ਨ ਦੀਦਾਰੇ ਕਰ ਸਕਣ ਪਰ ਆਪਾਂ ਗੁਰੂ ਘਰ 'ਤੇ ਆਉਂਦੇ ਨਹੀਂ ਅਤੇ ਉੱਥੇ ਜਾ ਕੇ ਐਵੇਂ ਝੂਠੀ ਜਿਹੀ ਭਾਵਨਾ ਪ੍ਰਗਟ ਕਰਨੀ ਇਸ ਦਾ ਕੋਈ ਫਾਇਦਾ ਨਹੀਂ ਇਸ ਲਈ ਹਰ ਇੱਕ ਚੀਜ਼ ਨੂੰ ਕਰਨ ਦਾ ਕੋਈ ਢੰਗ ਹੁੰਦਾ ਤਰੀਕਾ ਹੁੰਦਾ ਸਤਿਗੁਰੂ ਜੀ ਆਖਦੇ ਨੇ ਕਿ ਇਹ ਜਿਹੜੀ ਸੱਚੀ ਬਾਣੀ ਹੈ ਇਹ ਇਸ ਪ੍ਰਕਾਰ ਦੀ ਹੈ ਪੂਰੇ ਗੁਰ ਕੀ ਸੱਚੀ ਬਾਣੀ ਆਪਾਂ ਵਿਚਾਰ ਕਰਦੇ ਸਾਂ ਕਿ ਇਹ ਜਿਹੜੀ ਬਾਣੀ ਹੈ ਇੱਕ ਤਾਂ ਇਸ ਨੂੰ ਗੁਰੂ ਹੋਣ ਦਾ ਦਰਜਾ ਮਿਲਿਆ ਹੋਇਆ ਦੂਸਰੀ ਇਹ ਜਿਹੜੀ ਬਾਣੀ ਹੈ ਇਸ ਨੂੰ ਖਸਮ ਕੀ ਬਾਣੀ ਆਖਿਆ ਜਾਂਦਾ ਹੈ ਤੀਸਰਾ ਇਹ ਜਿਹੜੀ ਬਾਣੀ ਹੈ ਇਸ ਨੂੰ ਇੰਨਾ ਕੁ ਸਤਿਕਾਰਿਆ ਅਤੇ ਪੂਜਿਆ ਜਾਂਦਾ ਹੈ ਹੋਰਨਾਂ ਦੇ ਜਿਹੜੇ ਧਰਮ ਗ੍ਰੰਥ ਨੇ ਜਿਵੇਂ ਗੀਤਾ ਹੈ ਵੇਦ ਸ਼ਾਸਤਰ ਹਨ ਦੇਖੋ ਇਹ ਗੱਲ ਕਹਿਣ ਤੋਂ ਕੋਈ ਗੁਰੇਜ਼ ਨਹੀਂ ਹੈ ਕਿ ਦੁਨੀਆ ਨੇ ਗ੍ਰੰਥਾਂ ਦਾ ਸਤਿਕਾਰ ਕਰਨਾ ਸਿੱਖ ਕੌਮ ਤੋਂ ਸਿੱਖਿਆ ਹੈ ਉਹ ਕਿਵੇਂ ਹੈ ਕਿ ਜਦੋਂ ਵੀ ਕੋਈ ਹਿੰਦੂ ਵੀਰ ਪੰਡਿਤ ਬ੍ਰਾਹਮਣ ਗੀਤਾ ਆਦਿਕ ਦੀ ਜਦੋਂ ਕਥਾ ਕਰਦਾ ਸੀ ਅਤੇ ਕਥਾ ਕਰਨ ਤੋਂ ਬਾਅਦ ਗੀਤਾ ਨੂੰ ਝੋਲੇ ਦੇ ਵਿੱਚ ਪਾ ਕੇ ਅਤੇ ਆਪਣੇ ਮੋਢੇ 'ਤੇ ਚੱਕ ਲੈਂਦਾ ਸੀ ਪਰ ਉਹਨਾਂ ਨੇ ਜਿਹੜਾ ਗ੍ਰੰਥਾਂ ਦਾ ਸਤਿਕਾਰ ਕਰਨਾ ਉਹ ਆਪਣੇ ਤੋਂ ਸਿੱਖਿਆ ਕਿ ਇਹ ਬਾਣੀ ਨੂੰ ਪੂਜਦੇ ਕਿੰਨਾ ਹਨ ਅਤੇ ਇਸ ਲਈ ਸਤਿਗੁਰੂ ਜੀ ਆਖਦੇ ਨੇ ਕਿ ਇਹ ਪੂਰੇ ਗੁਰ ਕੀ ਸੱਚੀ ਬਾਣੀ ਇਹ ਜਿਹੜੀ ਪੂਰਿਆਂ ਗੁਰਾਂ ਦੀ ਜਿਹੜੀ ਸੱਚੀ ਬਾਣੀ ਹੈ ਸੁਖ ਮਨ ਅੰਤਰ ਸਹਿਜ ਸਮਣੀ ਇਸ ਨੂੰ ਕਹਿੰਦੇ ਪੜ੍ਹਨ ਦਾ ਇਸ ਨੂੰ ਉਚਾਰਨ ਕਰਨ ਦਾ ਇਸ ਨੂੰ ਸੁਣਨ ਦਾ ਲਾਭ ਕੀ ਹੁੰਦਾ ਹੈ ਸੁਖ ਮਨ ਅੰਤਰ ਸਾਡੇ ਮਨਾਂ ਦੇ ਅੰਦਰ ਜਿਹੜਾ ਸੁਖ ਹੈ ਸਹਿਜ ਸਮਾਣੀ ਗਿਆਨ ਦਾ ਆਣ ਕਰਕੇ ਜਾਂ ਫਿਰ ਸੁਤੇ ਸਿੱਧ ਜਿਹੜਾ ਨਾਮ ਹੈ ਗੁਰਬਾਣੀ ਹੈ ਜਾਂ ਜਿਹੜਾ ਸੁਖ ਹੈ ਇਹ ਸਮਾ ਜਾਂਦਾ ਹੈ ਏਕ ਅਚਰਜ ਜਨ ਸਹਿ ਦੇਖੋ ਭਾਈ ਸਤਿਗੁਰੂ ਜੀ ਆਖਦੇ ਨੇ ਕਿ ਏਕ ਅਚਰਜ ਜਨ ਦੇਖੋ ਭਾਈ ਭਾਈ ਗੁਰਸਿੱਖੋ ਇੱਕ ਹੈਰਾਨ ਕਰਨ ਵਾਲੀ ਜਿਹੜੀ ਗੱਲ ਹੈ ਉਹ ਦੇਖਣਾ ਕਰੋ ਦੋਬਦਾ ਮਾਰ ਹਰ ਮਨ ਵਸਾਈ ਉਹ ਕਿਹੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਵਾਹਿਗੁਰੂ ਦੀ ਬਾਣੀ ਪੜ੍ਹਨ ਦੇ ਨਾਲ ਨਾਮ ਜਪਣ ਦੇ ਨਾਲ ਕਿਹੜੀ ਹੈਰਾਨ ਕਰਨ ਵਾਲੀ ਗੱਲ ਹੋਈ ਹੈ ਦੁਬਦਾ ਮਾਰ ਕਿ ਜਿਹੜੀ ਸਾਨੂੰ ਦੁਬਦਾ ਪਈ ਹੋਈ ਸੀ ਕਿ ਅੰਮ੍ਰਿਤ ਛਕੀਏ ਜਾਂ ਨਾ ਛਕੀਏ ਕੇਸ ਰੱਖੀਏ ਜਾਂ ਨਾ ਰੱਖੀਏ ਗੁਰੂ ਘਰੇ ਜਾਈਏ ਜਾਂ ਨਾ ਜਾਈਏ ਨਾਮ ਜਪੀਏ ਜਾਂ ਨਾ ਜਪੀਏ ਇਹ ਜਿਹੜੀ ਦੁਬਦਾ ਹੈ ਇਸ ਨੂੰ ਖਤਮ ਕਰਕੇ ਹਰ ਮਨ ਵਸਾਈ ਇਸ ਬਾਣੀ ਨੇ ਇਹ ਕਿਰਪਾ ਕੀਤੀ ਹੈ ਕਿ ਹਰੀ ਦਾ ਜਿਹੜਾ ਨਾਮ ਹੈ ਸਾਡੇ ਮਨ ਦੇ ਅੰਦਰ ਵਸਾ ਦੇਣਾ ਕੀਤਾ ਹੈ ਨਾਮ ਅਮੋਲਕ ਨਾ ਪਾਇਆ ਜਾਏ ਸਤਿਗੁਰੂ ਜੀ ਆਖਦੇ ਨੇ ਕਿ ਇਹ ਜਿਹੜਾ ਨਾਮ ਹੈ ਇਹ ਬੜਾ ਅਮੋਲਕ ਹੈ ਇਹ ਕਿਸੇ ਵੀ ਮੁੱਲ 'ਤੇ ਨਹੀਂ ਮਿਲਦਾ ਕਿਉਂਕਿ ਹੋਰ ਜਿਹੜੀਆਂ ਵਸਤੂਆਂ ਆਪਾਂ ਮੁੱਲ ਖਰੀਦ ਲੈਂਦੇ ਹਾਂ ਪਰ ਇਹ ਜਿਹੜਾ ਨਾਮ ਦਾ ਖਜ਼ਾਨਾ ਹੈ ਇਹ ਮੁੱਲ ਤੋਂ ਰਹਿਤ ਹੈ ਗੁਰੂ ਕਿਰਪਾ ਤੋਂ ਬਿਨਾਂ ਪਾਇਆ ਨਹੀਂ ਜਾਂਦਾ ਗੁਰ ਪ੍ਰਸਾਦ ਵਸੈ ਮਨ ਆਏ ਇਸ ਦਾ ਇੱਕੋ ਹੀ ਤਰੀਕਾ ਹੈ ਉਹ ਹੈ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਇਹ ਜਿਹੜਾ ਮਨ ਹੈ ਬਾਣੀ ਪੜ੍ਹਨ ਦਾ ਜਿਹੜਾ ਸਤਿਕਾਰ ਹੈ ਨਾਮ ਦਾ ਜਿਹੜਾ ਖਜ਼ਾਨਾ ਹੈ ਇਹ ਮਨ ਦੇ ਵਿੱਚ ਆ ਕੇ ਵਸ ਜਾਣਾ ਕਰਦਾ ਹੈ
ਸਭ ਮੈਂ ਵਸੈ ਪ੍ਰਭ ਏਕੋ ਸੋਏ। ਸਤਿਗੁਰੂ ਜੀ ਆਖਦੇ ਨੇ ਕਿ ਭਾਈ ਗੁਰਸਿੱਖੋ, ਸਭ ਮੈਂ ਵਸੈ ਪ੍ਰਭ ਏਕੋ ਸੋਏ। ਸੋਏ ਮੈਨੇ ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ, ਉਹ ਸਾਰਿਆਂ ਦੇ ਹਿਰਦੇ ਦੇ ਅੰਦਰ ਵਸਣਾ ਕਰਦੇ ਹਨ। ਗੁਰਮਤੀ ਘਟ ਪ੍ਰਗਟ ਹੋਏ। ਆਪਾਂ ਜਿਹੜੀ ਵਿਚਾਰ ਆਮ ਹੀ ਕਰਦੇ ਰਹਿੰਦੇ ਹਾਂ ਕਿ ਜੇ ਉਹ ਵਾਹਿਗੁਰੂ ਸਾਡੇ ਹਿਰਦੇ ਦੇ ਅੰਦਰ ਵਸਦਾ ਹੈ ਤਾਂ ਸਾਨੂੰ ਪਤਾ ਕਿਉਂ ਨਹੀਂ ਲੱਗਦਾ, ਉਸ ਦਾ ਜਵਾਬ ਸਤਿਗੁਰੂ ਜੀ ਅੱਜ ਪ੍ਰਤੱਖ ਰੂਪ ਦੇ ਅੰਦਰ ਦੇ ਰਹੇ ਹਨ ਕਿ ਸਭ ਮਹਿ ਵਸੈ ਪ੍ਰਭ ਏਕੋ ਸੋਏ, ਕਿ ਉਹ ਵਾਹਿਗੁਰੂ ਵਸਦਾ ਤੇ ਸਾਰਿਆਂ ਦੇ ਹਿਰਦੇ ਅੰਦਰ ਹੈ, ਹਰ ਜ਼ਰੇ ਜ਼ਰੇ ਦੇ ਅੰਦਰ ਵਾਹਿਗੁਰੂ ਵਿਰਾਜਮਾਨ ਹੈ। ਪਰ ਕਹਿੰਦੇ ਕਿ ਉਸ ਦਾ ਪਤਾ ਕਿਵੇਂ ਲੱਗਦਾ ਹੈ? ਗੁਰਮਤੀ ਘਟ ਪ੍ਰਗਟ ਹੋਏ। ਗੁਰਾਂ ਦੀ ਜਿਹੜੀ ਮਤ ਹੈ, ਗੁਰਾਂ ਦੀ ਜਿਹੜੀ ਸਿੱਖਿਆ ਹੈ, ਉਸ ਦੇ ਉੱਪਰ ਚੱਲਣ ਕਰਕੇ ਪ੍ਰਤੱਖ ਰੂਪ ਦੇ ਅੰਦਰ ਹਿਰਦੇ ਦੇ ਅੰਦਰ ਪਰਮੇਸ਼ੁਰ ਵਾਹਿਗੁਰੂ ਆਪ ਔਰ ਪਰਮੇਸ਼ੁਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਪ੍ਰਗਟ ਹੋ ਜਾਣਾ ਕਰਦਾ ਹੈ। ਸਹਿਜ ਜਿਨ ਪ੍ਰਭ ਜਾਣ ਪਛਾਣਿਆ। ਸਤਿਗੁਰੂ ਜੀ ਬਚਨ ਉਚਾਰਦੇ ਹਨ ਕਿ ਜਿਨ੍ਹਾਂ ਗੁਰਮੁਖਾਂ ਦੇ ਉੱਪਰ, ਜਿਨ੍ਹਾਂ ਗੁਰੂ ਪਿਆਰਿਆਂ ਦੇ ਉੱਪਰ ਇਹ ਕਿਰਪਾ ਹੋਈ ਹੈ, ਜਿਨ੍ਹਾਂ ਨੇ ਵੀ ਪਰਮੇਸ਼ੁਰ ਵਾਹਿਗੁਰੂ ਦੇ ਨਾਮ ਨੂੰ ਜਾਣ ਕਰਕੇ, ਉਸ ਦੀ ਵਡਿਆਈ ਨੂੰ ਜਾਣ ਕਰਕੇ, ਉਸ ਦੀ ਪ੍ਰਤੱਖ ਰੂਪ ਕਰਕੇ ਪਹਿਚਾਣ ਕੀਤੀ ਹੈ, ਉਹਨਾਂ ਦੇ ਮਨ ਦੇ ਅੰਦਰ ਜਿਹੜਾ ਨਾਮ ਹੈ ਸਹਿਜੇ ਹੀ ਆ ਕੇ ਵਸ ਜਾਣਾ ਕਰਦਾ ਹੈ। ਨਾਨਕ ਨਾਮ ਮਿਲੇ ਮਨ ਮਾਨਿਆ। ਜਿਨ੍ਹਾਂ ਨੇ ਵੀ ਨਾਮ ਦੀ ਪਹਿਚਾਣ ਕੀਤੀ, ਆਪਾਂ ਸੰਸਾਰੀ ਉਦਾਹਰਣ ਲੈ ਲਈਏ, ਜਦੋਂ ਵੀ ਆਪਾਂ ਕੋਈ ਵਸਤੂ, ਕੋਈ ਕੱਪੜਾ ਲੀੜਾ ਬਾਜ਼ਾਰ ਦੇ ਵਿੱਚ ਖਰੀਦਣ ਜਾਂਦੇ ਹਾਂ ਤਾਂ ਆਪਾਂ ਪਹਿਲਾਂ ਜਾ ਕੇ ਜਾਣ ਪਛਾਣ ਕਰਦੇ ਹਾਂ ਕਿ ਆਪਾਂ ਕਿਹੜਾ ਕੱਪੜਾ ਲੈਣਾ ਹੈ, ਕਿਹੜੀ ਵਸਤੂ ਲੈਣੀ ਹੈ। ਅਤੇ ਜਦੋਂ ਸਾਨੂੰ ਵਸਤੂ ਦੇ ਬਾਰੇ ਪਤਾ ਲੱਗ ਜਾਵੇ ਕਿ ਜਿਹੜੀ ਆਪਾਂ ਲੈਣੀ ਹੈ, ਜਿਹੜੀ ਆਪਾਂ ਨੂੰ ਚਾਹੀਦੀ ਹੈ ਉਹ ਮਿਲ ਗਈ ਹੈ, ਉਸੇ ਪ੍ਰਕਾਰ ਹੀ ਜਦੋਂ ਨਾਮ ਦੀ ਪਹਿਚਾਣ ਆ ਗਈ, ਨਾਮ ਦੀ ਸਾਨੂੰ ਵਡਿਆਈ ਪਤਾ ਲੱਗ ਗਈ, ਫਿਰ ਕੀ ਹੋਵੇਗਾ? ਨਾਨਕ ਨਾਮ ਮਿਲੇ, ਉਹਨਾਂ ਦੇ ਮਨ ਦੇ ਅੰਦਰ ਜਿਹੜਾ ਨਾਮ ਹੈ ਉਹ ਮਿਲ ਜਾਵੇਗਾ, ਪ੍ਰਾਪਤ ਹੋਵੇਗਾ। ਮਨ ਮਾਨਿਆ, ਉਹਨਾਂ ਦਾ ਜਿਹੜਾ ਅਵੈੜਾ ਹੋਇਆ ਮਨ ਹੈ, ਜਿਹੜਾ ਪੁੱਠਾ ਚੱਲਦਾ ਹੋਇਆ ਮਨ ਹੈ, ਉਹ ਆਪਣੇ ਆਪ ਮੰਨ ਜਾਵੇਗਾ। ਕਿਉਂਕਿ ਇਹ ਜਿਹੜਾ ਮਨ ਹੈ ਇਸ ਨੂੰ ਵਸ ਕਰਨਾ ਬਹੁਤ ਔਖਾ ਹੈ, ਇਹ ਵਸ ਗੁਰੂ ਦੀ ਕਿਰਪਾ ਦੇ ਨਾਲ ਹੀ ਹੋ ਸਕਦਾ ਹੈ। ਸਤਿਗੁਰੂ ਸਾਹਿਬਾਨ ਜੀ ਨੂੰ ਆਪਾਂ ਬੇਨਤੀਆਂ ਕਰਦੇ ਰਹੀਏ ਕਿ ਸਤਿਗੁਰੂ ਜੀਓ, ਅਸੀਂ ਅਵਗੁਣ ਭਰੇ ਜੀਵ ਹਾਂ, ਸਾਡੇ ਅੰਦਰ ਕੋਈ ਵੀ ਗੁਣ ਨਹੀਂ ਹੈ, ਤੁਸੀਂ ਆਪ ਹੀ ਕਿਰਪਾ ਕਰਕੇ ਸਾਡੇ ਉੱਪਰ ਮਿਹਰ ਭਰਿਆ ਹੱਥ ਰੱਖੋ। ਅਸੀਂ ਕਿਸੇ ਲੇਖੇ ਜੋਖੇ ਦੇ ਵਿੱਚ ਨਹੀਂ ਆਉਣ ਵਾਲੇ ਹਾਂ, ਕਿਉਂਕਿ ਨਿਮਰਤਾ ਦੇ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਨਿਮਰਤਾ ਦੇ ਨਾਲ ਅਸੀਂ ਉਸ ਪਦਵੀ ਨੂੰ ਪ੍ਰਾਪਤ ਕਰ ਸਕਦੇ ਹਾਂ ਜਿਹੜੀ ਇਹ ਦੁਨੀਆ ਵੀ ਸਾਨੂੰ ਦੇ ਨਹੀਂ ਸਕਦੀ। ਉਹ ਕਿਵੇਂ ਨਹੀਂ ਦੇ ਸਕਦੀ, ਇਹ ਆਪਾਂ ਇੱਕ ਮਿੰਟ ਦੋ ਮਿੰਟਾਂ ਦੇ ਅੰਦਰ ਵਿਚਾਰ ਕਰ ਲਈਏ। ਸ਼ਾਇਦ ਆਪ ਜੀ ਨੂੰ ਮੈਂ ਪਹਿਲਾਂ ਵੀ ਇਹ ਸੁਣਾਇਆ ਹੋਵੇ ਕਿ ਇੱਕ ਇੱਧਰ ਪੰਜਾਬ ਦੇ ਅੰਦਰ ਹੀ ਨਗਰ ਪੈਂਦਾ ਹੈ ਬਰਨਾਲੇ ਤੋਂ ਅੱਗੇ, ਉਸ ਜਗ੍ਹਾ ਦਾਸ ਕੁਝ ਸਿੰਘਾਂ ਦੇ ਨਾਲ ਇੱਕ ਵਾਰੀ ਗਿਆ। ਮੈਂ ਇਹ ਬਚਨ ਕਰ ਰਿਹਾ ਹਾਂ ਕਿ ਨਾਮ ਸਾਨੂੰ ਕਿਵੇਂ ਬਦਲ ਦਿੰਦਾ ਹੈ, ਅਤੇ ਕੋਈ ਗੁਰਮੁਖ ਪਿਆਰੇ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਹੋਏ ਸਨ, ਉਹ ਵੀ ਉਸ ਨਗਰ ਦੇ ਅੰਦਰ ਨਾਲ ਗਏ। ਅਤੇ ਉਹ ਜਦੋਂ ਗਏ ਅਤੇ ਉਹਨਾਂ ਨੇ ਇੱਕ ਗੱਲ ਸੁਣਾਈ, ਜਦੋਂ ਗੁਰਦੁਆਰਾ ਸਾਹਿਬ ਅਸੀਂ ਦਰਸ਼ਨ ਮੇਲੇ ਕੀਤੇ ਅਤੇ ਇੱਕ ਕਿਸੇ ਗੁਰਮੁਖ ਪਿਆਰੇ ਨੇ ਆਖਿਆ ਕਿ ਅਸੀਂ ਤੁਹਾਨੂੰ ਘਰ ਲਿਜਾ ਕੇ ਜਲ ਪਾਣੀ ਛਕਾਉਣਾ ਹੈ, ਸੇਵਾ ਕਰਨੀ ਹੈ।
ਅਤੇ ਚਲੋ ਸਾਰੇ ਜਾਣੇ ਨਾਲ ਚੱਲ ਪਏ। ਅਤੇ ਉਸ ਘਰ ਦਾ ਜਿਹੜਾ ਮੁਖੀਆ ਸੀ, ਬਾਕੀ ਸਿੰਘ ਸਾਰੇ ਅੱਗੇ ਅੱਗੇ ਚੱਲ ਰਹੇ ਸਨ, ਅਤੇ ਅਸੀਂ ਇੱਕ ਦੋ ਸਿੰਘ ਅਤੇ ਉਹ ਜਿਹੜਾ ਘਰ ਵਾਲਾ ਜਿਹੜਾ ਮੁਖੀਆ ਸੀ, ਲਾਣੇਦਾਰ ਜਿਸਨੂੰ ਆਪਾਂ ਆਖਦੇ ਹਾਂ, ਉਹ ਸਾਡੇ ਨਾਲ ਚੱਲਦਾ ਚੱਲਦਾ ਅਤੇ ਉਸਨੇ ਇੱਕ ਗੱਲ ਸੁਣਾਈ। ਕਹਿੰਦੇ ਕਿ ਇਹ ਜਿਹੜੇ ਗੁਰਮੁਖ ਜਿਹੜੇ ਅੱਗੇ ਚੱਲ ਰਹੇ ਨੇ, ਜਿਹੜੇ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਨੇ, ਇਹ ਕਹਿੰਦੇ ਸਾਡੇ ਘਰ ਅੱਜ ਤੋਂ 4-5 ਸਾਲ ਪਹਿਲਾਂ ਵੀ ਆਏ ਸਨ। ਕਹਿੰਦੇ ਕਿ ਜਦੋਂ ਇਹ ਸਾਡੇ ਘਰ ਆਏ ਅਤੇ ਇਹ ਘਰ ਵੜਨ ਲੱਗੇ ਅਤੇ ਮੈਂ ਘਰ ਦੇ ਦਰਵਾਜ਼ੇ ਦੇ ਅੰਦਰ ਸ਼ਰਾਬ ਦੇ ਨਾਲ ਰੱਜਿਆ ਹੋਇਆ ਪਿਆ ਸੀ। ਮੈਨੂੰ ਕੋਈ ਸੁਰਤ ਨਹੀਂ ਕਿ ਕੌਣ ਆ ਰਿਹਾ ਹੈ ਕੌਣ ਜਾ ਰਿਹਾ ਹੈ। ਅਤੇ ਉਹ ਗੁਰਮੁਖ ਪਰਿਵਾਰ ਵਾਲਾ ਆਖਣ ਲੱਗਾ ਕਿ ਮੈਂ ਇੱਦਾਂ ਸ਼ਰਾਬ ਦੇ ਨਾਲ ਰੱਜਿਆ ਹੋਇਆ। ਅਤੇ ਜਦੋਂ ਇਹ ਗੁਰਮੁਖ ਗੁਰਸਿੱਖ ਦਰਵਾਜ਼ੇ ਦੇ ਅੰਦਰੋਂ ਲੰਘਣ ਲੱਗੇ, ਘਰ ਦੇ ਵਿੱਚ ਜਾਣ ਲੱਗੇ, ਅਤੇ ਇਹਨਾਂ ਨੇ ਉੱਚੀ ਆਵਾਜ਼ ਦੇ ਅੰਦਰ ਆਖਿਆ ਕਿ ਉਹ ਭਗਤਾ ਬਾਜ ਆ ਜਾ, ਕਿ ਤੂੰ ਇਹ ਜਿਹੜੀਆਂ ਮਨਮਾਨੀਆਂ ਹੈ ਸ਼ਰਾਬ ਪੀਣੀ ਹੈ ਉਹ ਛੱਡ ਦੇ। ਕਹਿੰਦੇ ਕਿ ਉਹ ਦਿਨ ਗਿਆ, ਅੱਜ ਮੈਨੂੰ ਸਾਰਾ ਪਿੰਡ ਭਗਤ ਆਖ ਕੇ ਬੁਲਾਉਂਦਾ ਕਿ ਭਗਤ ਜੀ ਆ ਰਹੇ ਨੇ। ਦੇਖੋ ਇਹ ਜਿਹੜੀ ਵਡਿਆਈ ਹੈ, ਉਸ ਗੁਰਸਿੱਖ ਨੇ ਅੰਮ੍ਰਿਤ ਵੀ ਛਕਿਆ ਹੋਇਆ ਸੀ। ਦੇਖੋ ਇਹ ਨਾਮ ਦੀ ਗੁਰਸਿੱਖੀ ਦੀ ਇਹ ਵਡਿਆਈ ਹੈ। ਤੁਸੀਂ ਇਹ ਵੀ ਆਪਣੇ ਜੀਵਨ ਦੇ ਅੰਦਰ ਵੇਖਿਆ ਹੀ ਹੋਵੇਗਾ ਕਿ ਸੰਸਾਰ ਜਿਨ੍ਹਾਂ ਨੂੰ ਮਾੜੀ ਜਾਤੀ ਦਾ ਆਖਦਾ ਹੈ, ਤੁਸੀਂ ਦਸਤਾਰ ਬੰਨ੍ਹ ਕੇ ਕੇਸ ਰੱਖ ਕੇ ਕਦੇ ਸਫ਼ਰ ਕਰਕੇ ਵੇਖਿਓ, ਤੁਹਾਨੂੰ ਵੱਡੇ ਤੋਂ ਵੱਡਾ ਵੀ ਬੰਦਾ ਸਰਦਾਰ ਜੀ ਕਹਿ ਕੇ ਬੁਲਾਵੇਗਾ। ਕਿਉਂਕਿ ਇਹ ਵੀ ਤੁਸੀਂ ਗੱਲ ਵੇਖੀ ਹੋਵੇਗੀ ਕਿ ਸਰਦਾਰ ਕਦੇ ਵੀ ਇਕੱਲਾ ਨਹੀਂ ਆਖਿਆ ਜਾਂਦਾ, ਜੀ ਜਿਹੜਾ ਹਮੇਸ਼ਾ ਹੀ ਸਰਦਾਰ ਦੇ ਨਾਲ ਲੱਗਦਾ ਹੀ ਲੱਗਦਾ। ਜਦੋਂ ਵੀ ਸਾਨੂੰ ਕੋਈ ਬੁਲਾਉਂਦਾ ਹੈ ਬੱਸਾਂ ਦੇ ਅੰਦਰ ਸਫ਼ਰ ਦੇ ਅੰਦਰ, ਉਹ ਆਖਦੇ ਹਨ ਕਿ ਸਰਦਾਰ ਜੀ। ਜੇ ਕੋਈ ਚੋਲਾ ਦੁਮਾਲਾ ਬੰਨਿਆ ਹੋਵੇ ਤਾਂ ਆਖਦੇ ਨੇ ਕਿ ਖਾਲਸਾ ਜੀ। ਦੇਖੋ ਇਹ ਜਿਹੜਾ ਸਤਿਕਾਰ ਹੈ, ਇਹ ਸਾਨੂੰ ਜਿਹੜੀ ਦੁਨੀਆ ਹੈ ਇਹ ਸਾਨੂੰ ਸਰੂਪ ਦੇਖ ਕੇ ਦਿੰਦੀ ਹੈ, ਅਤੇ ਇਹ ਜਿਹੜਾ ਸਰੂਪ ਹੈ ਇਸ ਨੂੰ ਆਪਾਂ ਨਾਸ਼ ਨਾ ਕਰੀਏ। ਆਪਾਂ ਆਪਣੇ ਕੇਸ ਕਟਾ ਕੇ ਬਹੁਤੇ ਸਿਆਣੇ ਨਾ ਬਣੀਏ, ਕਿਉਂਕਿ ਪਰਮੇਸ਼ਰ ਨੇ ਸਾਨੂੰ ਉਹ ਚੀਜ਼ ਦਿੱਤੀ ਹੈ ਜਿਸ ਦੀ ਲੋੜ ਹੈ। ਅਤੇ ਇਸ ਲਈ ਜਿਹੜੀਆਂ ਮਾਤਾਵਾਂ ਭੈਣਾਂ ਨੇ, ਇਹਨਾਂ ਨੂੰ ਵੀ ਵਾਰ ਵਾਰ ਬੇਨਤੀ ਕਰਦੇ ਹੀ ਰਹਿੰਦੇ ਹਾਂ। ਬਾਬਾ ਅਮਰਜੀਤ ਸਿੰਘ ਜੀ ਵੀ ਕਰਦੇ ਰਹਿੰਦੇ ਨੇ ਬੇਨਤੀ ਕਿ ਭਾਈ ਜਿਹੜੇ ਕੇਸ ਨੇ ਇਹ ਰੱਖੋ, ਕਿਉਂਕਿ ਜੇ ਆਪਾਂ ਗੁਰੂ ਕੇ ਸਿੱਖ ਅਖਵਾਉਣੇ ਆ, ਆਪਾਂ ਅੰਮ੍ਰਿਤ ਛਕੀਏ ਜੇ ਨਾ ਛਕੀਏ ਇਹ ਬਾਅਦ ਦੀ ਗੱਲ ਹੈ। ਜਿਹੜਾ ਵੀ ਮਨੁੱਖ ਆਪਣੇ ਆਪ ਨੂੰ ਸਿੱਖ ਅਖਵਾਉਂਦਾ, ਉਸ ਦੇ ਜੇ ਕੇਸ ਕਤਲ ਕੀਤੇ ਹੋਏ ਨੇ, ਉਹ ਮਤਾ ਆਪਣੇ ਆਪ ਨੂੰ ਸਿੱਖ ਅਖਵਾਵੇ। ਉਹ ਹਿੰਦੂ ਅਖਵਾ ਸਕਦਾ, ਉਹ ਆਪਣੇ ਆਪ ਨੂੰ ਮੁਸਲਮਾਨ ਆਖ ਸਕਦਾ, ਉਹ ਸਿੱਖ ਅਖਵਾਉਣ ਦਾ ਹੱਕਦਾਰ ਨਹੀਂ। ਕਿਉਂਕਿ ਸਿੱਖ ਦੀ ਪਹਿਲੀ ਨਿਸ਼ਾਨੀ ਇਹ ਹੈ ਕੇਸ ਰੱਖਣੇ, ਅਤੇ ਜੇ ਤੁਸੀਂ ਆਪ ਕੇਸ ਰੱਖੋਗੇ ਫਿਰ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਫਿਰ ਉਹ ਕੇਸਾਧਾਰੀ ਹੋ ਸਕਦੀ ਹੈ। ਇਸ ਲਈ ਆਪਣੇ ਜਿਹੜੇ ਮਨੋ ਮਨੌਟ ਹਨ ਇਹਨਾਂ ਨੂੰ ਮਿਟਾ ਕਰਕੇ, ਗੁਰੂ ਦੀ ਜਿਹੜੀ ਗੱਲ ਹੈ ਇਸ ਨੂੰ ਮੰਨ ਕਰਕੇ, ਨਾਮ ਦੀ ਜਿਹੜੀ ਪ੍ਰਾਪਤੀ ਹੈ, ਗੁਰੂ ਦੀ ਜਿਹੜੀ ਸਿੱਖਿਆ ਹੈ, ਇਸ ਉੱਪਰ ਚੱਲਣ ਦਾ ਯਤਨ ਕਰੀਏ। ਵਿਚਾਰਾਂ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਸਤਿਗੁਰ ਸਾਹਿਬਾਨ ਜੀ ਆਪ ਸੰਗਤ ਬਖਸ਼ਣ ਯੋਗ ਹਨ, ਬਖਸ਼ ਲੈਣਾ ਜੀ। ਸੋ ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਸਭ ਮੈਂ ਵਸੈ ਪ੍ਰਭ ਏਕੋ ਸੋਏ, ਗੁਰਮਤਿ ਘਟ ਪ੍ਰਗਟ ਹੋਏ। ਸਹਿਜ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲਾ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।